ਮੇਰੇ ਇੱਕ ਚਾਚੂ ਬੜੀ ਪਿਆਰੀ ਪੰਜਾਬੀ ਦੀ ਮਿਸਾਲ ਦਿੰਦੇ ਨੇ ਕਹਿੰਦੇ ਨੇ ਪੁੱਤਰ ਜਾਲਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕਟੇ ਜਿਹੜੇ ਲੋਕਾਂ ਦਾ ਤੇ ਬੈਕਗ੍ਰਾਉਂਡ ਜ਼ਮੀਂਦਾਰਾਂ ਵਾਲੇ ਉਹਨਾਂ ਨੂੰ ਤੇ ਇਸ ਮਿਸਾਲ ਦੀ ਬੜੀ ਅੱਛੇ ਤਰੀਕੇ ਨਾਲ ਸਮਝ ਆ ਗਈ ਹੋएगी ਲੇਕਿਨ ਜਿਹੜੇ ਲੋਕ ਜ਼ਮੀਂਦਾਰਾ ਬੈਕਗ੍ਰਾਉਂਡ ਤੋਂ ਨਹੀਂ ਹੈ ਉਹਨਾਂ ਦੀ ਆਸਾਨੀ ਵਾਸਤੇ ਦੱਸ ਦੇਣਾ ਕਿਸ ਮਿਸਾਲ ਦਾ ਮਕਸਦ ਹੈ ਕਿ ਜਿਹੜਾ ਬੰਦਾ ਵਿਜੀਲੈਂਟ ਹੁੰਦਾ ਹੈ ਹੁਸ਼ਿਆਰ ਹੁੰਦਾ ਹੈ ਸਮਝਦਾਰ ਹੁੰਦਾ ਹੈ ਹੋਸ਼ ਵਾਲਾ ਹੁੰਦਾ ਹੈ ਉਹ ਹਮੇਸ਼ਾ ਵੱਡਾ ਬੈਨੀਫਿਟ ਲੈ ਜਾਂਦਾ ਹੈ ਔਰ ਜਿਹੜਾ ਬੰਦਾ ਸੁਸਤ ਹੁੰਦਾ ਹੈ ਔਰ ਨਾਨ ਵਿਜੀਲੈਂਟ ਹੁੰਦਾ ਹੈ ਹਮੇਸ਼ਾ ਉਹਦਾ ਫਾਇਦਾ ਕੱਟ ਹੋ ਜਾਂਦਾ ਹੈ ਲਾਉਰਸ 스마트 ਸਿਟੀ ਜਿਨ੍ਹਾਂ ਲੋਕਾਂ ਪਲਾਟ ਬੁੱਕ ਕਰਵਾਇਆ ਜਿਹੜੇ ਲੋਕ ਤੇ ਵਿਜੀਲੈਂਟ ਸਨ ਜ ਨਾਲ ਇਨ ਟੱਚ ਰਹੇ ਵਿਜੀਲੈਂਟ ਰਹੇ ਉਹਨਾਂ ਪ੍ਰੀ ਲਾਂਚ ਰੇਟ ਤੇ ਬੁਕਿੰਗ ਕਰਵਾਈ ਉਹ ਫਰਸਟ ਬੈਲਟਿੰਗ ਵਿੱਚ ਸ਼ਾਮਿਲ ਹੋਏ ਉਹਨਾਂ ਬਰ ਬਕਤ ਆਪਣੀ ਇਨਸਟਾਲਮੈਂਟਸ ਦਿੱਤੀਆਂ ਔਰ ਇੱਕ ਵੱਡਾ ਫਾਇਦਾ ਲੈ ਗਏ ਕਿਉਂਕਿ ਸਭ ਤੋਂ ਜ਼ਿਆਦਾ ਪ੍ਰੋਫਿਟ ਵੀ ਉਹਨਾਂ ਲੋਕਾਂ ਨੂੰ ਮਿਲਿਆ ਔਰ ਸਭ ਤੋਂ ਪਹਿਲੇ ਪੋਜੀਸ਼ਨ ਵੀ ਉਹਨਾਂ ਲੋਕਾਂ ਨੂੰ ਮਿਲੇਦਾ ਜਿਹੜੇ ਲੋਕ ਨਾਨ ਵਿਜੀਲੈਂਟਸ ਹਨ ਸੁਸ ਹਨ ਜਾਂ ਕਿਸੇ ਵੀ ਵਜ੍ਹਾ ਤੋਂ ਮਾਰਕੀਟ ਨਾਲ ਇਨ ਟੱਚ ਨਹੀਂ ਰਹਿ ਸਕੇ ਖਾਸ ਤੌਰ 'ਤੇ ਸਾਡੇ ਜਿਹੜੇ ਓਵਰਸੀਜ਼ ਪਾਕਿਸਤਾਨੀ ਪਾਈ ਨੇ ਉਹਨਾਂ ਨੂੰ ਨੁਕਸਾਨ ਹੋਇਆ ਕਿ ਉਹਨਾਂ ਨੂੰ ਆ ਫਾਇਦਾ ਘਾਟ ਹੋ ਗਿਆ ਹੁਣ ਇਸ ਟਾਈਮ ਜਿਹੜੇ ਲੋਕ ਤੁਹਾਨੂੰ ਸ਼ਿਕਵਾ ਕਰਦੇ ਨਜ਼ਰ ਆ ਰਹੇ ਨੇ ਇਹਦੇ ਚ ਮжоਰਿਟੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕ ਵਿਜੀਲੈਂਟ ਨਹੀਂ ਸਨ ਜਿਹੜੇ ਲੋਕ ਮਾਰਕੀਟ ਨਾਲ ਇਨ ਟੱਚ ਨਹੀਂ ਸਨੀਆਂ ਜਿਨ੍ਹਾਂ ਬੰਦਿਆਂ ਉਸ ਬੰਦੇ ਕੋਲ ਬੁਕਿੰਗ ਕਰਾ ਲਈਏ ਜਿਹੜਾ ਸ਼ਾਇਦ ਫਰਸਟ ਟਾਈਮ ਮਾਰਕੀਟੇ ਚ ਬੈਠਿਆ ਸੀ ਉਹਨੇ ਉਹਨਾਂ ਨੂੰ ਹਲਕਾ ਫੁਲਕਾ ਕੋਈ ਡਿਸਕਾਊਂਟ ਦਾ ਵੀ ਲਾਲਚ ਦਿੱਤਾ ਹੋਵੇਗਾ ਜਾਂ ਹੋਰ ਵੀ ਇਸ ਤੋਂ ਇਲਾਵਾ ਕੋਈ ਮਾਮਲੇ ਕਿ ਹੋਣਗੇ ਕਿ ਅਲਟੀਮੇਟਲੀ ਉਹਨਾਂ ਉਹਦੇ ਕੋਲ ਬੁਕਿੰਗ ਕਰਵਾ ਲਈ ਅੱਜ ਨਾ ਉਹ ਬੰਦਾ ਲੱਭਦਾ ਤੇ ਨਾ ਤੁਹਾਨੂੰ ਪਲਾਟ ਲੱਭਦਾ ਕਿਉਂਕਿ ਨਾ ਪਲਾਟ ਬੈਲਟ ਰੀਅਲ ਏਸਟੇਟ ਜਦੋਂ ਵੀ ਤੁਸੀਂ ਇਨਵੈਸਟ ਕਰੋ ਇੱਕ ਉਹ ਪੰਜਾਬੀ ਚ ਕਹਿੰਦੇ ਨੇ ਕਿ ਅਗਲੇ ਬੰਦੇ ਦੇ ਮੋਢਿਆਂ ਤੇ ਚੜਜੋ ਤੁਸੀਂ ਅਗਰ ਕਿਸੇ ਕੋਲ ਬੁਕਿੰਗ ਕਰਵਾਈਏ ਤੇ ਉਸ ਬੰਦੇ ਨਾਲ ਵੈਲ ਕਨੈਕਟਡ ਰਹੋ ਵੈਲ ਅਵੇਅਰ ਰਹੋ ਮਾਰਕੀਟ ਦੀ ਹਰ ਚੀਜ਼ ਦੀ ਅਪਡੇਟ ਤੁਸੀਂ ਲੋ ਮੈਂ ਮੰਨਾਂ ਕਿ ਤੁਸੀਂ ਓਵਰਸੀਜ਼ ਪਾਕਿਸਤਾਨੀ ਹੋ ਜਾਂ ਤੁਹਾਡੀ ਲਾਈਫ ਬਹੁਤ ਬਿਜ਼ੀ ਹੈ ਲੇਕਿਨ ਫੇਰ ਵੀ ਤੁਸੀਂ ਕਮਜ਼ ਕਮ ਜਿਸ ਟਾਈਮ ਤੁਹਾਨੂੰ ਅੱਧਾ ਘੰਟਾ ਲੱਭੇ ਤੁਸੀਂ ਮੇਰੇ ਜੇ ਬੰਦਾ ਇਹ ਨਾਲ ਚੀਜ਼ ਦਾ ਅਗਰ YouTube ਚੈਨਲ ਸਬਸਕ੍ਰਾਈਬ ਕੀਤਾ ਹੋਵੇ ਤੇ ਤੁਹਾਨੂੰ ਪਤਾ ਲੱਗੇ ਕਿ ਜੀ ਰੋਜ਼ਾਨਾ ਦੀ ਬੁਨਿਆਦ ਤੇ ਜਿਹੜੀਆਂ ਅਸੀਂ ਅਪਡੇਟਸ ਦਿੰਨੇ ਆ ਉਹਦੇ ਨਾਲ ਮਾਰਕੀਟ ਤੇ ਕੀ ਇੰਪੈਕਟ ਆ ਰਿਹਾ ਹੈ ਤੁਹਾਡੇ ਪਲਾਟਸ ਤੇ ਕਿੰਨਾ ਪ੍ਰੋਫਿਟ ਹੈ ਤੁਸੀਂ ਕਦੋਂ ਬੈਲਟਿੰਗ ਵਿੱਚ ਸ਼ਾਮਲ ਹੋਣਾ ਨੂੰ ਜਾਣਨਾ ਕਿ ਜਿੰਨਾ 100% ਪੇਮੈਂਟ ਕਰ ਦਿੱਤੀ ਹੈ ਲੇਕਿਨ ਉਹਨਾਂ ਅੱਲਾ ਦੇ ਵਲੀਆਂ ਨੂੰ ਇਹ ਹੀ ਨਹੀਂ ਪਤਾ ਕਿ ਜੀ ਅਸੀਂ ਉਹਦੀ ਇਕਨੋਲਜਮੈਂਟ ਸਲਿੱਪ ਲੈਣੀ ਸੀ ਜਾਂ ਉਹਦਾ ਅਸੀਂ ਕੋਈ ਮਜ਼ੀਦ ਕੋਈ ਉਹਦਾ ਪ੍ਰੋਸੈਸ ਕਰਨਾ ਸੀ ਤੇ ਉਹ ਐ ਹੀ ਸਮਝ ਰਹੇ ਨੇ ਕਿ ਜੀ ਬਸ ਅਸੀਂ ਬੁਕਿੰਗ ਕਰਾ ਲਈਏ ਸਾਨੂੰ ਪਲਾਟ ਕੱਲ ਨੂੰ ਸਮਾਰਟ ਸਿਟੀ ਪਲੇਟ ਵਿੱਚ ਰੱਖ ਕੇ ਕਹੇਗਾ ਕਿ ਜੀ ਆਹ ਲੋ ਪਲਾਟ ਲੈ ਲਓ ਐਂ ਨਹੀਂ ਹੁੰਦਾ ਤੁਹਾਨੂੰ ਚੀਜ਼ਾਂ ਸਮਝਣੀਆਂ ਪੈਂਦੀਆਂ ਨੇ ਲਿਹਾਜ਼ਾ ਮੈਂ ਯਕੀਨ ਕਰੋ ਕਿ ਮਨੂੰ ਬੜਾ ਅਫਸੋਸ ਹੁੰਦਾ ਹੈ ਉਹਨਾਂ तमाम ਲੋਕਾਂ ਤੇ ਜਿਨ੍ਹਾਂ ਇਹਨਾਂ ਲੋਕਾਂ ਨੂੰ ਪਲਾਟਸ ਦਿੱਤੇ ਨੇ ਔਰ ਅੱਗੂ ਉਹਨਾਂ ਨੂੰ ਅਪਡੇਟ ਨਹੀਂ ਰੱਖਦੇ ਔਰ ਉਹਨਾਂ ਨਾਲ ਰਾਬਤੇ 'ਚ ਵੀ ਨਹੀਂ ਰਹਿੰਦੇ ਇਹ ਉਹ ਲੋਕ ਨੇ ਕਿ ਮੈਂ ਸਮਝਣਾ ਜਿਨ੍ਹਾਂ ਦਾ ਕੱਲ ਨੂੰ ਜਿਹੜਾ ਨਾ ਜਨਮੇ 'ਚ ਵੀ ਇੱਕ ਅਲੱਗ ਹੀ ਦਰਜਾ ਆਏਗਾ ਕਿਉਂਕਿ ਇੱਕ ਬੰਦਾ ਜਿਹਨੇ ਲੱਖਾਂ ਕਰੋੜਾ ਰੁਪਇਆ ਤੁਹਾਡੇ ਕਹਿਣ ਤੇ ਇਨਵੈਸਟ ਕੀਤਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨੂੰ ਤਮਾਮ ਸਰਵਿਸਿਜ਼ ਦਿਓ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨੂੰ ਤਮਾਮ ਅਪਡੇਟਸ ਦਿਓ ਔਰ ਅਗਰ ਤੁਸੀਂ ਅਪਡੇਟਸ ਨਹੀਂ ਦੇ ਰਹੇ ਔਰ ਉਹਦੀ وجہ ਤੋਂ ਉਹਦਾ ਨੁਕਸਾਨ ਹੋ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਉਹਦਾ ਜ਼ਿੰਮੇਵਾਰ ਤੁਸੀਂ ਹੋ ਲਿਹਾਜ਼ਾ ਤੁਸੀਂ ਇਸ ਗੱਲ ਨੂੰ ਮੇਰੀ ਪੰਜਾਬੀ ਦੀ ਮਿਸਾਲ ਸ਼ਾਇਦ ਤੁਹਾਨੂੰ ਫਨੀ ਜ਼ਰੂਰ ਲੱਗੇ ਲੇਕਿਨ ਇਸ ਮਿਸਾਲ ਨੂੰ ਸਮਝਣਾ ਹੈ ਕਿ ਜਿਹੜਾ ਬੰਦਾ ਵਿਜੀਲੈਂਟ ਰਹਿੰਦਾ ਹੈ ਹਮੇਸ਼ਾ ਉਹ ਹੀ ਵੱਡਾ ਫਾਇਦਾ ਲੈਂਦਾ ਹੈ ਜਿਹੜਾ ਬੰਦਾ ਨਾਨ ਵਿਜੀਲੈਂਟ ਹੈ ਜਿਹੜਾ ਬੰਦਾ ਸੁਸਤ ਹੈ ਜਿਹੜਾ ਬੰਦਾ ਕੁੱਤਾ ਹੀ ਕਰ ਜਾਂਦਾ ਹੈ ਹਮੇਸ਼ਾ ਦਾ ਫਾਇਦਾ ਘਟ ਹੁੰਦਾ ਹੈ ਤੇ ਲਿਹਾਜ਼ਾ ਤੁਸੀਂ ਅਗਰ ਫਾਇਦਾ ਲੈਣਾ ਚਾਹਦੇ ਹੋ ਔਰ ਤੁਸੀਂ ਇਹ ਚਾਹਦੇ ਹੋ ਕਿ ਜੀ ਲਾਹੌਰ ਸਮਾਰਟ ਸਿਟੀ ਚ ਜਾਂ ਧੀਗਰ ਜਿਤਨੇ ਵੀ ਰੀਅਲ اسٹیਟ ਦੇ ਪ੍ਰੋਜੈਕਟਸ ਨੇ ਉਹਨਾਂ 'ਚ ਤੁਸੀਂ ਫਾਇਦਾ ਲੈਣਾ ਹੈ ਤੇ ਪਹਿਲੀ ਗੱਲ ਹੈ ਕਿ ਤੁਸੀਂ ਇੱਕ ਡੀਲਰ ਨੂੰ ਆਪਣਾ ਪੀਰ ਮੰਨਣਾ ਹੈ ਆਪਣਾ ਹਕੀਮ ਮੰਨਣਾ ਹੈ ਆਪਣਾ ਡਾਕਟਰ ਮੰਨਣਾ ਹੈ ਉਹਨੇ ਤੁਹਾਨੂੰ ਦੱਸਣਾ ਹੈ ਕਿ ਜੀ ਕਿਸ ਤਰ੍ਹਾਂ ਤੁਸੀਂ ਇਹਨੂੰ ਲੈ ਕੇ ਚੱਲਣਾ ਹੈ ਨੰਬਰ 1 ਨੰਬਰ 2 ਤੁਸੀਂ ਉਸ ਡੀਲਰ ਨਾਲ ਹਮੇਸ਼ਾ ਰਾਬਤੇ 'ਚ ਰਹਿਣਾ ਹੈ ਉਹ ਤੁਹਾਨੂੰ ਦੱਸੇਗਾ ਕਿ ਜੀ ਉਹਨ ਬੰਦੇ ਫੋਨ ਕਰਦੇ ਨੇ ਕਹਿੰਦੇ ਨੇ ਉਹ ਜੀ ਡੀਲਰ ਨੇ ਕਿਹਾ ਸੀ ਕਿਸ਼ਤਾਂ ਦਿਓਗੇ ਤੇ ਤੁਹਾਡੀ ਫਾਈਲ ਤੇ ਪ੍ਰੋਫਿਟ ਕੱਟ ਜਾਏਗਾ ਪਾਈ ਇਹ ਗੱਲ 2021 ਦੀ ਏ ਇਹ ਗੱਲ ਉਦੋਂ ਦੀ ਏ ਜਦੋਂ ਤੁਸੀਂ ਫਾਈਲ ਸੇਲ ਕਰਨੀ ਹੁੰਦੀ ਸੀ ਯਾਨੀ ਸ਼ਾਰਟ ਟਰਮ ਇੱਕ ਫਾਈਲ ਲੀਵ 2 ਮਹੀਨੇ ਰੱਖੀ ਹੁੰਦੇ ਤੇ 50000 ਰੁਪਏ ਪ੍ਰੋਫਿਟ ਲੈ ਲਿਆ ਤੁਸੀਂ ਤੇ ਵਾਕਈ ਫਾਰਮੂਲਾ ਐ ਸੀ ਕਿ ਤੁਸੀਂ ਸਿਰਫ ਡਾਊਨ ਪੇਮੈਂਟ ਤੇ ਆਪਣੀ ਫਾਈਲ ਰੋਕ ਕੇ ਰੱਖਦੇ ਸੋ ਉਹਨ ਜਿਸ ਬੰਦੇ ਨੇ ਪ੍ਰੋਫਿਟ ਲੈਣਾ ਐ ਉਹਨੇ ਜ਼ਾਹਰੀ ਗੱਲ ਐ ਆਪਣੀ ਪੇਮੈਂਟਸ ਅਪ ਟੂ ਡੇਟ ਰੱਖਣੀਆਂ ਨੇ ਉਹਨੇ ਆਪਣੇ ਪਲਾਟ ਦਾ ਨੰਬਰ ਲਵਾਣਾ ਐ ਉਹਨੇ ਕੱਲ ਨੂੰ ਪੋਜੈਸ਼ਨ ਲੈਣਾ ਐ ਤੇ ਲੌਰਸ ਮਾਰਸ਼ੀਟੀ ਦੇ ਵਾਲੇ ਨਾਲ مزید ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਪਹਿਲੀ ਤੇ ਗੱਲ ਹੈ ਕਿ ਮੈਂ ਤੁਹਾਨੂੰ ਹਮੇਸ਼ਾ ਤਰਲਾ ਕਰਨਾ ਤੁਹਾਨੂੰ ਰਿਕੁਐਸਟ ਕਰਨਾ ਕਿ ਯਾਰ ਤੁਹਾਡਾ ਕੀ ਜਾਂਦਾ ਇੱਕ ਅੰਗੂਠਾ ਲਾਣਾ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਮਨੂੰ ਤੇ ਮੈਂ ਤੇ ਅਲਹਮਦੁਲਿਲਾ ਇਤਨੇ ਲੋਕਾਂ ਨੂੰ ਸਰਸਸ ਦੇ ਰਿਹਾ ਮੇਰੀ ਜ਼ਾਤ ਤੇ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਣ ਲਗਾ ਲੇਕਿਨ ਕਮ ਉਸਕਾ ਮੈਂ ਕਿ ਤੁਹਾਨੂੰ ਤੇ ਕੋਈ ਇਨਫੋਰਮੇਸ਼ਨ ਲੱਭਦੀ ਰਹੇ ਦੀ ਨਾ ਤੁਸੀਂ ਮਤਲਬ ਉਹ ਆਏ ਬਾਈ ਸ਼ਾਏ ਨੋਮੇ ਟੋਨੀ ਮੋਨੀ ਦੀ ਗੱਲਾਂ ਚ ਆ ਕੇ ਤੁਸੀਂ ਆਪਣੀ ਨੁਕਸਾਨ ਕਰ ਬੰਦੇ ਹੋ ਬਾਅਦ ਚਾਜ ਇੱਥੇ ਹੈ ਨਹੀਂ ਕੱਲੋ ਇੱਥੇ ਹੈ ਹੀ ਨਹੀਂ ਤੇ ਤੁਸੀਂ ਕਿਸ ਤਰ੍ਹਾਂ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਮੇਰੀ ਕ੍ਰੈਡਿਬਿਲਟੀ ਚੈੱਕ ਕਰਨੀ ਹੈ ਤੁਸੀਂ ਅੱਜ ਤੋਂ 5 ਸਾਲ ਪਹਿਲੇ ਦੀ ਜਾ ਕੇ ਵੀਡੀਓ ਵੇਖੋ ਉਹਦੇ ਤੇ ਵੀ ਅਸੀਂ ਇਸੇ ਤਰ੍ਹਾਂ ਇਨਫੋਰਮੇਸ਼ਨ ਦਿੰਨੇ ਆ ਲਿਆਜ਼ਾ ਤੁਸੀਂ ਆਪਣਾ ਫੈਸਲਾ ਜਿਹੜਾ ਹੈ ਇਹਨੂੰ ਆਪਣੀ ਅਕਲ ਇਸਤੇਮਾਲ ਕਰਕੇ ਸਮਝਦਾਰੀ ਨਾਲ ਫੈਸਲਾ ਲਓ ਚੈਨਲ ਸਬਸਕ੍ਰਾਈਬ ਕਰੋ ਹਮੇਸ਼ਾ ਅਪਡੇਟਡ ਰਹੋ ਨਵੀਂ ਇਨਫੋਰਮੇਸ਼ਨ ਲਓ ਔਰ ਆਪਣੀ ਇਸ ਇਨਵੈਸਟਮੈਂਟ ਨੂੰ ਅੱਗੇ ਲੈ ਕੇ ਵਧੋ ਰੀਅਲ ਸਟੇਟ ਮਾੜੀ ਸ਼ਾਇ ਨਹੀਂ ਲਾਹੌਰ ਸਮਾਰਟ ਸਿਟੀ ਮਾੜੀ ਪ੍ਰੋਡਕਟ ਨਹੀਂ ਮਸਲਾ ਹੈ ਕਿ ਜਿਸੇ ਸਾਨੂੰ ਐਕਚੁਅਲ ਇਨਫੋਰਮੇਸ਼ਨ ਨਹੀਂ ਲੱਭਦੀ ਹਮੇਸ਼ਾ ਸਾਡੇ ਨੁਕਸਾਨ ਨੂੰ ਦੂੰਦਾ ਹੈ ਲਿਆਜ਼ਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਨਸ਼ਾ ਅੱਲਾਹ ਆਣ ਵਾਲੀ ਵੀਡੀਓਜ਼ ਵਿੱਚ ਅਸੀਂ ਫੇਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਦੀ ਇਨਫੋਰਮੇਸ਼ਨ ਭੇਜਾਂਦੇ ਤੁਹਾਨੂੰ ਦੱਸਾਂਗੇ ਔਰ ਇਨਸ਼ਾ ਅੱਲਾਹ ਹਮੇਸ਼ਾ ਅਪਡੇਟ ਰੱਖਾਂਦੇ ਅੱਜ ਤੱਕ ਦੀ ਵੀਡੀਓ ਵਾਸਤੇ ਇਤਨਾ ਹੀ ਫੀ ਮਾਨੇ